ਕਰਨੇ ਪਰ ਮੌਜੂਦਾ ਹਾਲਾਤ ਕਨੇ ਨਿਭਣਨੇ ਲਈ ਫੌਜੀਆਂ ਗੀ ਪਿੱਛੇ ਹਟਾਉਣਾ ਤੇ ਤਣਾਅ ਘੱਟ ਕਰਨਾ ਗੇ ਅੱਗੇ ਵਧਣੇ ਦਾ ਰਸਤਾ ਆਖਿਆ ਰਕਸ਼ਾ ਮੰਤਰੀ ਹੋਰੇ। ਭਾਰਤ ਪੱਕ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਸਥਾਈ ਸਦੱਸਿਅਤਾ ਹਾਸਲ ਕਰੀ ਲੈ ਕਿ ਜੇ ਦੁਨੀਆ ਚ ਐਸੀ ਭਾਵਨਾ ਹੈ ਜੇ ਭਾਰਤ ਦੀ ਇਹ ਥਾਰ ਹੋਣੀ ਗੇ ਚਾਹੀਦੀ ਆਖਿਆ ਵਿਦੇਸ਼ ਮੰਤਰੀ ਐਸ ਜੈਸ਼ੰਕਰ ਹੋਰੇ। ਬੰਨੇ ਉੱਪਰ ਤਨੋਤਨੀ ਬਣੀ ਦੀ ਰੋਣੇ ਦੀ ਸੂਰਤ ਚ ਪਾਕਿਸਤਾਨ ਕੰਨੇ ਵਪਾਰ ਦੀ ਨਹੀਂ ਹੈ ਕੋਈ ਸੰਭਾਵਨਾ ਆਖਿਆ ਐਸ ਜੈਸ਼ੰਕਰ ਹੋਰੇ। ਸਭਾ ਸੀਟ ਲਈ ਚੌਥੇ ਰੋਜ਼ ਕਾਂਗਰਸ ਦੇ ਰਮਨ ਭੱਲਾ ਸਮੇਤ 9 ਉਮੀਦਵਾਰਾਂ ਨਾਮਜ਼ਦਗੀ ਦੇ ਪਰਚੇ ਕੀਤੇ ਦਾਖਲ। नमस्कार, डोगरी खबरें ते बुलेटिन च तुंदा स्वागत है ते हुन पेश ने खबरां विस्तार कन्ने। रक्षा मंत्री राजनाथ सिंह होरें आख्या जे उत्तरी बन्ने पर मौजूदा हालात कन्ने निबड़ने लई फौजियों दी उत्थे तादाद घट करना ते तनोतनी च कमी करना मता जरूरी है। उन्हें भरोसा जताया जे जिसले साडे जवान पूरी ताकत कन्ने बन्ने पर तैनात न तां मसलें दा रमानदारी कन्ने हल तुप्पी कड्ढने लई चलारदी गल्लबात जारी रोग। अज नवी दिल्ली च फौजी कमांडरें दे सम्मेलन गी संबोधित करदे होई ਉਨੇ ਪੱਛਮੀ ਬੰਨੇ ਪਰ ਫੌਜ ਦੇ ਸੁਰੱਖਿਆ ਬਲਾਂ ਦੇ ਜਤਨੇ ਦੀ ਸਰਾਹਨਾ ਕੀਤੀ ਹੈ। ਰਕਸ਼ਾ ਮੰਤਰੀ ਹੋਰੇ ਦੇਸ਼ ਦੇ ਬੰਨੇ ਦੀ ਰਾਖੀ, ਹਿਫਾਜ਼ਤ, ਆਤੰਕਵਾਦ ਖਿਲਾਫ ਲੜਾਈ ਤੇ ਜ਼ਰੂਰਤ ਦੀ ਘੜੀ ਚ ਸਿਵਲ ਇੰਤਜ਼ਾਮੀਆ ਗੀ ਹਰ ਚਾਲੀ ਦੀ ਮਦਦ ਪਜਾਣੇ ਚ ਫੌਜ ਦੀ ਸ਼ਾਨਦਾਰ ਭੂਮਿਕਾ ਗੀ ਉਜਾਗਰ ਕੀਤਾ। ਉਨੇ ਆਖਿਆ ਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਜਿਸ ਚਾਲੀ ਪੂਰੇ ਤਾਲਮੇਲ ਕੰਨੇ ਕਾਰਵਾਈਆਂ ਕੀਤੀਆਂ ਜਾਗਦੀਆਂ ਨ ਉਹਦੇ ਕੰਨੇ ਇਸ ਇਲਾਕੇ ਚ ਸਥਾਈ ਵਾਧਾ ਉਹਾਰਦਾ ਹੈ ਤੇ ਉਹਨੇ ਇਸ ਅੱਗੇ ਜਾਰੀ ਰੱਖਣੇ ਲਈ ਵੀ ਆਖਿਆ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਹੋਰੇ ਅੱਜ ਆਖਿਆ ਹੈ ਜੇ ਭਾਰਤ ਪੱਕ ਗਏ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਸਥਾਈ ਸਦੱਸਿਅਤਾ ਹਾਸਲ ਕਰੀ ਲੈਗ ਕਿ ਜੇ ਦੁਨੀਆ ਇਸ ਲਈ ਇਹ ਮਹਿਸੂਸ ਕਰਾਰਦੀ ਹੈ ਜੇ ਭਾਰਤ ਕੀ ਇਹ ਰੁਤਬਾ ਹਾਸਲ ਹੋਣਾ ਗੇ ਲੋਚਦਾ ਹੈ ਪਰ ਇਹਦੇ ਲਈ ਇਸ ਬਾਰੇ ਸਖ਼ਤ ਮਿਹਨਤ ਕਰਨੀ ਹੋਗ। ਸ਼੍ਰੀ ਜੈਸ਼ੰਕਰ ਹੋਰ ਗੁਜਰਾਤ ਦੇ ਰਾਜਕੋਟ ਥਾਰ ਅੱਜ ਬੁੱਧੀਜੀਵੀਏ ਕੰਨੇ ਸੰਵਾਦ ਕਰਾਰਦੇ ਹੈ ਜਿਸ ਲਈ ਸ਼੍ਰੋਤਾਏ ਉਹਦੇ ਕੋਲਾਂ ਵਿਸ਼ਵ ਸਤਰ ਦੀ ਇਸ ਸੰਸਥਾ ਦੀ ਸਥਾਈ ਸਦੱਸਿਅਤਾ ਦੇ ਮੌਕੇ ਬਾਰੇ ਪੁੱਛਿਆ ਗਿਆ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਹੋਰੇ ਆਖਿਆ ਜੇ ਜਿਸਲੇ ਤੋੜੀ ਬੰਨੇ ਪਰ ਤਣਾਅ ਬਣੇ ਦਾ ਰੋਂਦਾ ਹੈ ਤਾਂ ਪਾਕਿਸਤਾਨ ਕੰਨੇ ਕਾਰ ਵਪਾਰ ਦੀ ਕੋਈ ਮੇਰ ਨਹੀਂ ਹੈ। ਸੂਰਜ ਦੱਖਣ ਗੁਜਰਾਤ ਬੰਜ ਵਪਾਰ ਦੇ ਉਦਯੋਗ ਆਸਿਆਂ ਕੱਲ ਲਵਾਏ ਗਏ ਦੇ ਭਾਰਤ ਆਰਥਿਕ ਰਾਈਜ਼ਿੰਗ ਕਾਰਪੋਰੇਟ ਸੰਮੇਲਨ ਦੌਰਾਨ ਆਪਣੇ ਸੰਬੋਧਨ ਚ ਜੈਸ਼ੰਕਰ ਹੋਰੇ ਆਖਿਆ ਜੇ ਆਤੰਕਵਾਦ ਕੀ ਕਿਸੇ ਵੀ ਸੂਰਤ ਚ ਬਰਦਾਸ਼ਤ ਨਹੀਂ ਕੀਤਾ ਜਾ। ਅਰੁਣਾਚਲ ਉੱਪਰ ਚੀਨ ਦੇ ਦਾਅਵੇ ਦਾ ਜ਼ਿਕਰ ਕਰਦੇ ਹੋਏ ਮੰਤਰੀ ਹੋਰੇ ਆਖਿਆ ਜੇ ਅਰੁਣਾਚਲ ਪ੍ਰਦੇਸ਼ ਭਾਰਤ ਦੀ ਇੱਕ ਰਿਆਸਤ ਹੈ ਤੇ ਸਦਾ ਬਣੀ ਦੀ ਰੋਗ ਤੇ ਨਾਂ ਬਦਲਨੇ ਕੰਨੇ ਇਸ ਹਕੀਕਤ ਉੱਪਰ ਕੋਈ ਅਸਰ ਨਹੀਂ ਪੋਗ। ਕੇਂਦਰੀ ਮੰਤਰੀ ਕਿਰਨ ਰਿਜਿਜੂ ਹੋਰੇ ਅਰੁਣਾਚਲ ਪ੍ਰਦੇਸ਼ ਦੇ ਅੰਦਰ 30 ਥਾਰੇ ਦੀ ਚੀਨ ਆਸਿਆਂ ਨਜਾਇਜ਼ ਤੌਰ ਪਰ ਭੂਗੋਲਿਕ ਨਾਂ ਦਿੱਤੇ ਜਾਣ ਦੀ ਸਖ਼ਤ ਨੁਕਤਾਚੀਨੀ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਚ ਸ਼੍ਰੀ ਰਜਿਜੂ ਹੋਰੇ ਆਖਿਆ ਚ ਚੀਨ ਆਸਿਆਂ ਬੇਬੁਨਿਆਦ ਦਾਅਵੇ ਕੀਤੇ ਜਾਣਦੇ ਨੇ ਪਰ ਇਹਦੇ ਕੰਨੇ ਜ਼ਮੀਨੀ ਹਕੀਕਤ ਤੇ ਇਤਿਹਾਸਿਕ ਸੱਚਾਈ ਗੀ ਬਦਲਿਆ ਨਹੀਂ ਜਾਈ ਸਕਦਾ। ਉਹਨੇ ਆਖਿਆ ਜੇ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅੰਤਰੂਟ ਹਿੱਸਾ ਹੈ ਤੇ ਉੱਥੋਂ ਦੇ ਲੋਕ ਪੂਰੀ ਚਾਲੀ ਦੇਸ਼ ਭਗਤ ਨੇ। ਭਾਰਤ ਨੇ ਭਾਰਤੀ ਰਿਆਸਤ ਅਰੁਣਾਚਲ ਪ੍ਰਦੇਸ਼ ਦੇ ਥਾਰੇ ਦਾ ਨਵੇਂ ਸਿਰਿਆਂ ਨਾਂ ਰੱਖੇ ਜਾਣੇ ਦੀ ਕਈ ਵਾਰੀ ਕਾਰਵਾਈ ਕਰਨੇ ਲਈ ਚੀਨ ਦੀ ਨਿੰਦਿਆ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਰਣਧੀਰ ਜੈਸਵਾਲ ਹੋਰੇ ਆਖਿਆ ਜੇ ਨਵੇਂ ਨਾਂ ਕੱਢਣੇ ਕੰਨੇ ਅਰੁਣਾਚਲ ਪ੍ਰਦੇਸ਼ ਦੀ ਅਸਲੀਅਤ ਕੀ ਬਦਲਿਆ ਨਹੀਂ ਜਾਈ ਸਕਦਾ ਜਿਹੜਾ ਭਾਰਤ ਦਾ ਅੰਦਰੂਨੀ ਤੇ ਅੰਤਰੁੱਟ ਹਿੱਸਾ ਹੈ।
ਚੀਨ ਆਸਿਆ ਅਰੁਣਾਚਲ ਪ੍ਰਦੇਸ਼ ਦੇ ਕਈ ਥਾਰੇ ਦਾ ਨਵੇਂ ਸਿਰਿਆ ਨਾਂ ਰੱਖੇ ਜਾਣੇ ਦੇ ਲਈ ਹੈ। ਚੀਨ ਦੀ ਉਕਸਾਵੇ ਵਾਲੀ ਕਾਰਵਾਈ ਦੀ ਪਿਛੋਕੜ 'ਚ ਭਾਰਤ ਦੀ ਇਹ ਪ੍ਰਤੀਕਿਰਿਆ ਆਈ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਹੋਣੇ ਕੱਲ ਆਖਿਆ ਹਾ ਜੇ ਨਾਂ ਬਦਲਣੇ ਦਾ ਕੋਈ ਅਸਰ ਨਹੀਂ ਹੋਗ। ਉਹਨੇ ਆਖਿਆ ਜੇ ਅਰੁਣਾਚਲ ਪ੍ਰਦੇਸ਼ ਭਾਰਤ ਦੀ ਰਿਆਸਤ ਹੀ ਤੇ ਸਦਾ ਬਣੀ ਦੀ ਰੋਗ। ਪਾਕਿਸਤਾਨ ਦੇ ਰੱਖਿਆ ਮੰਤਰੀ ਖਾਜ਼ਾ ਆਸਿਫ ਹੋਰੇ ਆਪਣੇ ਗੁਆਂਢੀ ਮੁਲਕ ਭਾਰਤ 'ਚ ਆਮ ਚੁਣਾਵ ਮਗਰਾਂ ਆਪਸੀ ਸਰਬੰਧੇ ਦੇ ਸੁਧਾਰ ਦੀ ਉਮੀਦ ਜ਼ਾਹਰ ਕੀਤੀ ਹੈ। ਪਾਕਿਸਤਾਨੀ ਰੱਖਿਆ ਮੰਤਰੀ ਹੋਰੇ ਇਹ ਉਮੀਦ ਇਸਲਾਮਾਬਾਦ 'ਚ ਪੱਤਰਕਾਰਾਂ ਕੰਨੇ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੀ ਤੇ ਇਬੀ ਆਖਿਆ ਜੇ ਦੋਨੇ ਦੇਸ਼ਾਂ ਮਝਾਟੇ ਸਰਬੰਧੇ ਦੀ ਆਪਣੀ ਪਿੱਠ ਭੂਮੀ ਹੈ। ਆਸਿਫ ਹੁੰਦੀ ਇਹ ਟਿੱਪਣੀ ਸਿੰਗਾਪੁਰ 'ਚ ਭਾਰਤੀ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਹੁੰਦੇ ਇਹ ਗਲਾਣੇ ਮਗਰਾਂ ਆਈ ਜਿਹਦੇ 'ਚ ਉਹਨੇ ਆਖਿਆ ਹਾ ਜੇ ਪਾਕਿਸਤਾਨ ਆਤੰਕਵਾਦੀਆਂ ਦੀ ਲਗਭਗ ਇੰਡਸਟਰੀ ਲੈਵਲ ਪਰ ਪ੍ਰਯੋਜਿਤ ਕਰਾ ਕਰਦਾ ਹੈ ਤੇ ਭਾਰਤ ਦੀ ਮੰਸ਼ਾ ਆਤੰਕਵਾਦੀਆਂ ਦੀ ਅਣਦਿੱਖੀ ਕਰਨੇ ਦਾ ਨਹੀਂ ਹੈ ਤੇ ਭਾਰਤ ਇਸ ਸਮੱਸਿਆ ਦੀ ਉਹ ਟਾਲਣੇ ਦੇ ਮੂਡ 'ਚ ਨਹੀਂ ਹੈ। ਸੁਰੱਖਿਆ ਬਲੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ ਥਮਾਂ ਆਤੰਕਵਾਦੀਆਂ ਦੇ 3 ਸਹਿਯੋਗੀਆਂ ਦੀ ਅੱਜ ਗ੍ਰਿਫਤਾਰ ਕੀਤਾ ਹੈ। ਪੁਲਿਸ ਪ੍ਰਵਕਤਾ ਆਸਿਆਂ ਦਿੱਤੀ ਗਈ ਦੀ ਜਾਣਕਾਰੀ ਮੁਤਾਬਕ ਸੁਰੱਖਿਆ ਬਲੇ ਇੱਕ ਸਾਂਝਾ ਨਾਕਾ ਲਾਏ ਦਾ ਹਾ ਜਿਸ ਦੌਰਾਨ ਉਹਨੇ 3 ਸੰਦਿਗਧਾਂ ਦੀ ਉੱਥੋਂ ਛੱਪੀਆਂ ਨਿਕਲਣ ਦੀ ਕੋਸ਼ਿਸ਼ ਕਰਦੇ ਹੋਏ ਦਿਖਿਆ। ਇਹਦੇ ਮਗਰਾਂ ਕੀਤੀ ਗਈ ਦੀ ਫੌਰੀ ਕਾਰਵਾਈ 'ਚ ਉਹਨੇ ਵੀ ਫਗੜਿਆ ਗਿਆ ਤੇ ਉਹਦੇ ਸ਼ਾਂ ਇੱਕ ਪਿਸਤੌਲ ਤੇ ਹੋਰ ਦੂਆ ਇਤਰਾਜ਼ਯੋਗ ਸਮਿਆਨ ਬਰਾਮਦ ਕੀਤਾ ਗਿਆ। ਜੰਮੂ ਸੰਸਦੀ ਹਲਕੇ ਲਈ ਨਾਮਜ਼ਦਗੀ ਦੀ ਪ੍ਰਕਿਰਿਆ ਦਾ ਅੱਜ ਚੌਥਾ ਦਿਨ ਹੈ। ਅੱਜ 9 ਉਮੀਦਵਾਰਾਂ ਆਪਣੀ ਨਾਮਜ਼ਦਗੀ ਦੇ ਪਰਚੇ ਰਿਟਰਨਿੰਗ ਅਫਸਰ ਉਹਦੇ ਅੱਗੇ ਪੇਸ਼ ਕੀਤੇ। ਇਸ ਦੇ ਕੰਨੇ ਜੰਮੂ ਲੋਕ ਸਭਾ ਸੀਟ ਲਈ ਉਮੀਦਵਾਰਾਂ ਦੀ ਗਿਣਤੀ 13 ਤੋੜੀ ਜਾਈ ਪੁੱਜੀ ਹੈ। ਦੂਰਦਰਸ਼ਨ ਸਮਾਚਾਰ ਕੰਨੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਚੁਣਾਅ ਅਧਿਕਾਰੀ ਸਚਿਨ ਕੁਮਾਰ ਵੈਸ਼ਿਆ ਹੋਰੇ ਇਸ ਬਾਰੇ ਜਾਣਕਾਰੀ ਦਿੱਤੀ। आज जम्मू पार्लियामेंट्री कॉन्स्टिट्यूंसी के नॉमिनेशन फाइल करने का चौथा दिन रहा, तो आज के दिन 9 कैंडिडेट्स ने नॉमिनेशन फाइल किया और नॉमिनेशन फाइल करने के लिए अभी कल और परसों का दिन है, जो 11 से 3 जो प्रिस्क्राइब टाइमिंग इलेक्शन कमीशन द्वारा उसमें नॉमिनेशन फाइल किए जा सकेंगे। और आपने देखा कि आज जो पहला रैंडमाइजेशन जो एम्प्लॉयज हमारे इलेक्शन ड्यूटी में लगेंगे उनका पहला रैंडमाइजेशन आज संपन्न किया गया। ਕਾਂਗਰਸੀ ਨੇਤਾ ਰਮਨ ਬੱਲਾ ਹੋਰੇ ਜੰਮੂ ਸੰਸਦੀ ਹਲਕੇ ਥਮਾਂ ਆਉਂਦੇ ਲੋਕ ਸਭਾ ਚੁਣਾਅ 'ਚ ਆਪਣੀ ਉਮੀਦਵਾਰੀ ਕੀਤੇ। ਅੱਜ ਡੀਸੀ ਆਫਿਸ ਜੰਮੂ 'ਚ ਰਿਟਰਨਿੰਗ ਅਫਸਰ ਹੁੰਦੇ ਅੱਗੇ ਆਪਣਾ ਪਰਚਾ ਪੇਸ਼ ਕੀਤਾ। ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਡਾਕਟਰ ਫਾਰੂਕ ਅਬਦੁੱਲਾ ਤੇ ਪ੍ਰਦੇਸ਼ ਕਾਂਗਰਸ ਅਧਿਅਕਸ਼ ਵਿਕਾਰ ਰਸੂਲਵਾਨੀ ਵੀ ਨਾਮਜ਼ਦਗੀ ਦਾ ਪਰਚਾ ਭਰਨ ਦੇ ਸਮੇਂ ਹੁੰਦੇ ਕੰਨੇ ਹੈ। ਇਸ ਕੋਲਾ ਪਹਿਲੇ ਰਮਨ ਬੱਲਾ ਹੋਰੇ ਕਾਂਗਰਸੀ ਨੇਤਾਏ ਕੰਨੇ ਗੁਰਦੁਆਰਾ ਚਾਨਕੋਟ 'ਚ ਇੱਕ ਰੈਲੀ ਕੀਤੀ ਤੇ ਪਰਚਾ ਭਰਨੇ ਆਸੇ ਵਜ਼ਾਰਤ ਰੋਡ ਸਥਿਤ ਡੀਸੀ ਦਫ਼ਤਰ ਦਾ ਰੁੱਖ ਕੀਤਾ। ਭਾਰਤੀ ਜਨਤਾ ਪਾਰਟੀ ਦੇ ਇਸਲੇ ਤੋੜੀ ਦੇ ਸਾਂਸਦ ਜੁਗਲ ਕਿਸ਼ੋਰ ਔਰ ਆਪਣਾ ਪਰਚਾ ਪਹਿਲੇ ਗੇ ਭਰੀ ਚੁੱਕੇ ਦੇ ਨ। ਰਿਆਸੀ ਦੇ ਜ਼ਿਲ੍ਹਾ ਚੁਣਾਵੀ ਯੂਨਿਟ ਨੇ ਕਈ ਈਲੇ ਕੀਤੇ ਨੇ ਤਾਂ ਜੇ ਇਸ ਗੱਲਾਂ ਦੀ ਯਕੀਨੀ ਬਣਾਇਆ ਜਾ ਸਕੇ ਜੇ ਜ਼ਿਲ੍ਹੇ 'ਚ ਚੁਣਾਵ ਆਦਰਸ਼ ਆਚਾਰ ਸੰਹਿਤਾ ਦੀ ਪਾਲਮਾ ਪੂਰੀ ਚਾਲੀ ਸਖਤੀ ਕੰਨੇ ਕੀਤੀ ਜਾ। ਜ਼ਿਲ੍ਹਾ ਚੁਣਾਵ ਅਧਿਕਾਰੀ ਵਿਸ਼ੇਸ਼ ਮਹਾਜਨ ਹੋਰੇ ਆਂਕੜੇ ਬਾਰੇ ਤੱਕ ਰੱਖਣੇ ਵਾਲੀ ਟੀਮ ਕੰਨੇ ਵੱਖ ਵੱਖ ਥਾਰੇ ਦਾ ਦੌਰਾ ਲਾਣੇ ਮਗਰਾਂ ਇਆਂ ਆਖਿਆ। ਉਹਨੇ ਦੱਸਿਆ ਜੇ ਰਿਆਸੀ 'ਚ ਆਦਰਸ਼ ਆਚਾਰ ਸੰਹਿਤਾ ਦੀ ਪੂਰੀ ਚਾਲੀ ਅਮਲ 'ਚ ਆਂਦਾ ਜਾ ਕਰਦਾ ਹੈ ਤੇ ਚੁਣਾਵ ਸੰਬੰਧੀ ਜਾਣਕਾਰੀ ਦੇਣ ਲਈ ਸਭੇ ਕਾਲ ਸੈਂਟਰ ਕੰਮ ਕਰਾਰਦੇ ਨੇ। ਡੀਡੀ ਨਿਊਜ਼ ਕੰਨੇ ਗੱਲਬਾਤ ਕਰਦੇ ਹੋਏ ਵਿਸ਼ੇਸ਼ ਪਾਲ ਮਹਾਜਨ ਹੋਰੇ ਆਖਿਆ ਫਲਾਇੰਗ ਸਕੁਆਡ ਯੂਨਿਟਸ ਇਹ ਦੋਨੋਂ ਚੱਲ ਰਹੇ ਹਨ, ਚੈਕਿੰਗ ਆਨ ਐਂਡ ਆਫ 24/7 ਉਹ ਰਹਤੇ ਹੈ। ਸਟੈਟਿਕ ਯੂਨਿਟਸ ਹਮੇ ਜਨਰਲੀ ਜਹਾਂ ਪੇ ਹਮਾਰੇ ਪੁਲਿਸ ਕੇ ਨਾਕੇ ਹੈ ਉਨਕੇ ਸਾਥ ਜੁੜੇ ਹੈ। ਫਲਾਇੰਗ ਸਕੁਆਡਸ ਘੁੰਮਤੇ ਰਹਤੇ ਹੈ, ਜਹੀਂ ਪੇ ਵੀ ਨਾਕਾ ਲਗਾ ਕੇ ਗਾੜੀਓਂ ਕੋ ਰੈਂਡਮਲੀ ਚੈੱਕ ਕੀਆ ਜਾਤਾ ਹੈ। ਇਹ ਇਸ ਲਈ ਕੀਆ ਜਾ ਰਹਾ ਹੈ ਕਿ ਕਿਸੇ ਵੀ ਤਰੀਕੇ ਕੀ ਕੋਈ ਵੀ ਐਸੀ ਐਕਟੀਵਿਟੀ ਜੋ ਇਲੈਕਸ਼ਨ ਕੋਡ ਆਫ ਕੰਡਕਟ ਕੇ ਅਗੇਂਸਟ ਹੈ ਉਹ ਨਾ ਕੀ ਜਾਏ।
ਨੌਜਵਾਨ ਦੇ ਭਲਿਆਂ ਪਹਿਲੀ ਪਹਿਲੀ ਵਾਰੀ ਵੋਟ ਪਾਣੇ ਦੇ ਅਧਿਕਾਰ ਦੀ ਵਰਤੂਨ ਦੀ ਇੱਕ ਹੀ ਰੱਖਣੇ ਵਾਲੇ ਇੰਝ ਬੜਾ ਮਤਾ ਉਤਸ਼ਾਹ ਦੇਖਿਆ ਜਾ ਕਰਦਾ ਹੈ। ਕਠੂਆ 'ਚ ਪਹਿਲੀ ਵਾਰੀ ਮਤਦਾਨ ਕਰਨੇ ਵਾਲੇ ਨਵੇਂ ਯੁਵਾ ਵੋਟਰੇ ਦੂਰਦਰਸ਼ਨ ਸਮਾਚਾਰ ਕੰਨੇ ਗੱਲਬਾਤ ਦੌਰਾਨ ਆਖਿਆ ਜੇ ਉਹ ਖਰੇ ਉਮੇਦਵਾਰ ਕੀ ਵੋਟ ਪਾਂਗਨ। ਮੈਂ ਬਹੁਤ ਐਕਸਾਈਟਮੈਂਟ ਹੂੰ ਕਿ ਮੈਂ ਵੀ ਵੋਟ ਡਾਲੇ ਜਾ ਰਹੀ ਹੂੰ, ਮਤਲਬ ਮੁਝੇ ਐਸਾ ਫੀਲ ਹੋ ਰਿਹਾ ਹੈ ਕਿ ਮੈਂ ਵੀ ਇੱਕ ਮਤਲਬ ਇਲੈਕਸ਼ਨ ਮੇਂ ਮਤਲਬ ਮੈਂ ਪਾਰਟਿਸਿਪੇਟ ਕਰ ਰਹੀ ਹੂੰ। ਵੋਟ ਹਮਾਰਾ ਹੱਕ ਹੈ ਔਰ ਮੇਰਾ ਪਹਿਲੀ ਵਾਰੀ ਵੋਟ ਬਣਾ ਹੈ ਔਰ ਮੈਂ ਚਾਹਤੀ ਹੂੰ ਕਿ ਵੋਟ ਹਮ ਐਸੇ ਉਮੀਦਵਾਰ ਕੋ ਦੇ ਜੋ ਹਮਾਰੇ ਹਿੱਤ ਮੇਂ ਬਾਤ ਕਰੇ। ਮੈਂ ਵੀ ਪਹਿਲੀ ਵਾਰੀ ਵੋਟ ਡਾਲੂੰਗੀ ਜੀ ਔਰ ਹਮ ਇਸ ਲਈ ਵੋਟ ਡਾਲੇਂਗੇ ਕਿਉਂਕਿ ਅੱਗੇ ਜੋ ਆਉਣੇ ਵਾਲੀ ਸਰਕਾਰ ਹੈ ਉਹ ਅੱਛੀ ਹੋ। ਪਹਿਲੀ ਵਾਰ ਵੋਟ ਡਾਲ ਰਹੀ ਹੂੰ, ਅੱਛਾ ਲੱਗ ਰਿਹਾ ਹੈ ਔਰ ਹਮ ਵੋਟ ਇਸ ਲਈ ਡਾਲੇਂਗੇ ਕਿ ਹਮ ਅੱਛੀ ਸਰਕਾਰ ਚੁਣ ਤਾਂ ਕਿ ਹਮਾਰੇ ਜੋ ਦੇਸ਼ ਹੈ ਉਹ ਅੱਛਾ ਡਿਵੈਲਪ ਕਰੇ, ਅੱਛਾ ਮਤਲਬ ਸਭ ਕੁਝ ਮਿਲੇ ਹਮੇ। ਜੰਮੂ ਗੌਰਮੈਂਟ ਕਾਲਜ ਆਫ ਐਜੂਕੇਸ਼ਨ ਕਨਾਲ ਰੋਡ ਪਹਿਲੇ ਵੋਟਰ ਬਾਰੇ ਅੱਜ ਇੱਕ ਸਕਿੱਟ ਕਾਰਜਕ੍ਰਮ ਦਾ ਸਰਿਸਤਾ ਕੀਤਾ ਗਿਆ ਜਿਹਦਾ ਮਕਸਦ ਵੋਟਰਾਂ 'ਚ ਜਾਗਰੂਕਤਾ ਪੈਦਾ ਕਰਨਾ ਹਾਂ। ਇਸ ਕਾਰਜਕ੍ਰਮ 'ਚ ਕਾਲਜ ਦੇ ਵਿਦਿਆਰਥੀਆਂ ਦੀ ਵੋਟ ਪਾਣੇ ਦੀ ਤਾਕੀਦ ਕੀਤੀ ਗਈ। ਇਸ ਦੇ ਕੰਨੇ ਕਿ ਸਕਿੱਟ 'ਚ ਇਹ ਵੀ ਜਾਣਕਾਰੀ ਦਿੱਤੀ ਗਈ ਸੀ ਜਿਹੜੇ ਲੋਕ ਵੋਟ ਪਾਣੇ ਜਾਣੇ ਦੀ ਹਾਲਤ 'ਚ ਨਹੀਂ ਹਨ ਉਹਦੇ ਲਈ ਚੁਣਾਵ ਆਯੋਗ ਆਸਿਆਂ ਕਿਸ ਚਾਲੀ ਦੀ ਸਹੂਲਤ ਉਪਲਬਧ ਕਰਾਉਣੇ ਦੀ ਵਿਵਸਥਾ ਹੋਗ। गलत कैंडिडेट चुना जा सकता है। मेरा नाम संजीव है, मैं गवर्नमेंट कॉलेज ऑफ एजुकेशन का स्टूडेंट हूँ। आज हमारे कॉलेज ने एक स्किट प्ले किया था जो वोटिंग के रिगार्डिंग था, जो की अवेयरनेस दे रहा था हमारी सोसाइटी को की वोटिंग हमारी क्यों जरूरी है हमारे लिए। ਜੰਮੂ ਕਸ਼ਮੀਰ ਯੂਟੀ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 5 ਸੰਸਦੀ ਨਿਰਵਾਚਨ ਹਲਕੇ 'ਚ ਚੁਣਾਵ ਵਾਲੇ ਤਰੀਕੇ ਉੱਪਰ ਸਾਰਵਜਨਿਕ ਛੁੱਟੀ ਦੀ ਘੋਸ਼ਣਾ ਕੀਤੀ ਹੈ। ਸਾਮਾਨਯ ਪ੍ਰਸ਼ਾਸਨਿਕ ਮਹਿਕਮੇ ਆਸਿਆਂ ਇਸ ਬਾਰੇ ਜਾਰੀ ਕੀਤੇ ਗਏ ਦੇ ਹੁਕਮ ਮੁਤਾਬਕ ਸ਼ੁੱਕਰਵਾਰ 19 ਅਪ੍ਰੈਲ ਦੀ ਮਤਦਾਨ ਵਾਲੇ ਦਿਨ ਉਧਮਪੁਰ ਸੰਸਦੀ ਨਿਰਵਾਚਨ ਹਲਕੇ 'ਚ ਛੁੱਟੀ ਹੋਗ। ਜੰਮੂ ਸੰਸਦੀ ਹਲਕੇ 'ਚ ਸ਼ੁੱਕਰਵਾਰ 26 ਅਪ੍ਰੈਲ ਦੀ ਮਤਦਾਨ ਵਾਲੇ ਦਿਨ ਛੁੱਟੀ ਹੋਗ। ਇਸ 'ਚ ਚਾਲੀ ਅਨੰਤਨਾਗ ਰਜੌਰੀ ਸੰਸਦੀ ਸੀਟ ਉੱਪਰ 7 ਮਈ ਦੀ ਮੰਗਲਵਾਰੇ ਵੋਟ ਪਾਏ ਜਾਣੇ ਨੇ ਤੇ ਇਸ ਦਿਨ ਇੱਥੇ ਛੁੱਟੀ ਹੋਗ। ਇਹਾਂ ਕਿ ਸ਼੍ਰੀਨਗਰ ਸੰਸਦੀ ਹਲਕੇ 'ਚ ਸੋਮਵਾਰੇ 13 ਮਈ ਦੀ ਮਤਦਾਨ ਵਾਲੇ ਦਿਨ ਛੁੱਟੀ ਹੋਗ, ਜਿਸ ਲਈ ਕਿ ਬਾਰਾਮੂਲਾ ਸੰਸਦੀ ਹਲਕੇ 'ਚ ਸੋਮਵਾਰੇ 20 ਮਈ ਦੀ ਮਤਦਾਨ ਵਾਲੇ ਦਿਨ ਛੁੱਟੀ ਹੋਗ। ਇਸ ਵਰ੍ਹੇ ਦੇ ਪਹਿਲੇ 3 ਮਹੀਨੇ 'ਚ 19 ਲੱਖ ਸ਼ਾ ਮਤੇ ਸ਼ਰਧਾਲੂਏ ਸ਼੍ਰੀ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਬਾਰ 'ਚ ਮੱਥਾ ਟੇਕੀ ਲਿਆ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਅਸਥਾਪਨ ਬੋਰਡ ਦੇ ਅਧਿਕਾਰੀਆਂ ਆਸਿਆਂ ਦਿੱਤੀ ਗਈ ਜਾਣਕਾਰੀ ਮੁਤਾਬਕ 2023 ਬਰੇ ਦੌਰਾਨ ਇਸ ਅਰਸੇ 'ਚ 18,33,266 ਸ਼ਰਧਾਲੂਏ ਸ਼੍ਰੀ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਬਾਰ 'ਚ ਮੱਥਾ ਟੇਕਿਆ ਹਾ। ਇਸ ਚਾਲੀ ਇਸ ਸਾਲ ਪਹਿਲੇ 3 ਮਹੀਨੇ 'ਚ ਆਉਣੇ ਵਾਲੇ ਸ਼ਰਧਾਲੂਏ ਦੀ ਗਿਣਤਰੀ 'ਚ 77,838 ਸ਼ਰਧਾਲੂਏ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਬਾਰੇ ਜਨਵਰੀ 'ਚ 6,16,609, ਫਰਵਰੀ 'ਚ 4,32,925 ਤੇ ਮਾਰਚ 'ਚ 8,61,570 ਸ਼ਰਧਾਲੂਏ ਸ਼੍ਰੀ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਬਾਰ 'ਚ ਮੱਥਾ ਟੇਕਿਆ। ਇਹਨੇ ਦਿਨੇ 25,000 ਜਾਂ 35,000 ਸ਼ਰਧਾਲੂ ਹਰ ਰੋਜ਼ ਮਾਤਾ ਦੇ ਦਰਸ਼ਨ ਲਈ ਕਟੜਾ ਪੁੱਜਰਦੇ ਨੇ। ਉਹਦੇ ਨਰਾਤੇ ਕੀ ਦਿਖਦੇ ਹੋਏ ਸ਼੍ਰੀ ਮਾਤਾ ਵੈਸ਼ਨੋ ਦੇਵੀ ਜੀ ਦੀ ਯਾਤਰਾ ਉੱਪਰ ਆਉਣੇ ਵਾਲੇ ਸ਼ਰਧਾਲੂਏ ਦੀ ਤਾਦਾਦ 'ਚ ਹੋਰ ਵੀ ਵਾਧਾ ਹੋਣੇ ਦੀ ਉਮੀਦ ਹੈ। ਮੁੱਖ ਸਚਿਵ ਅਟਲ ਡੁੱਲੂ ਹੋਰੇ ਇਸ ਬਾਰੇ ਦੀ ਸਾਲਾਨਾ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਦੀ ਵਿਵਸਥਾ ਵਾਲੇ ਢੰਗੇ ਸਿਰ ਕਰਵਾਉਣੇ ਲਈ ਪ੍ਰਸ਼ਾਸਨ ਆਸਿਆਂ ਕੀਤੀ ਜਾ ਕਰਦੀ ਤਿਆਰੀਆਂ ਦੀ ਕੱਲ੍ਹ ਤਫਸੀਲੀ ਸਮੀਕਸ਼ਾ ਕੀਤੀ। ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਇਸ ਬੈਠਕ 'ਚ ਹਿੱਸਾ ਲਿਆ, ਜਿਹਦੇ DGP, ਪ੍ਰਸ਼ਾਸਨਿਕ ਸਚਿਵ, ਸਰਬੰਧੀ ਡਿਪਟੀ ਕਮਿਸ਼ਨਰ, ਸਰਬੰਧਿਤ ਮਹਿਕਮੇ ਦੇ ਪ੍ਰਮੁੱਖ, ਸ਼੍ਰੀ ਅਮਰਨਾਥ ਜੀ ਅਸਥਾਪਨ ਬੋਰਡ ਦੇ ਨੁਮਾਇੰਦੇ ਦੇ ਇਲਾਵਾ ਸੀਮਾ ਸੜਕ ਸੰਗਠਨ, ਭਾਰਤੀ ਮੌਸਮ ਵਿਭਾਗ, ਦੂਰ ਸੰਚਾਰ ਸੇਵਾ ਉਪਲਬਧ ਕਰਵਾਉਣੇ ਵਾਲੇ ਤੇ ਆਪਦਾ ਪ੍ਰਬੰਧਨ ਏਜੰਸੀ ਦੇ ਅਧਿਕਾਰੀ ਸ਼ਾਮਲ ਹੈ।
मुख्य सचिव हो रहे सेहत, जल शक्ति, बिजली, पशुपालन, उपभोक्ता मामले, ट्रांसपोर्ट, सूचना महकमे आसिया श्रद्धालुओं की बेहतरीन सहूलत उपलब्ध करवाने लई कीते गए दे हीले दी भी समीक्षा की। अनंतनाग जिले के बिज बिहाड़ा थार जम्मू श्रीनगर राष्ट्रीय जरनैली सड़क उपर 3.5 किलोमीटर लंबी आपात हवाई पट्टी उपर भारतीय हवाई फौज के जहाजों के उतरने से डुआरी भरने की आजमाइश की गई। अधिकारियों आसिया इस बारे दी गई दी जानकारी मुताबक यह कार्रवाई तकरीबन अद्धी रात शुरू हुई तो अज बड़ले मूह नेरे 3:30 बजे पूरी हो गई। तकरीबन 119 करोड़ रुपए की लागत कने इस आपात हवाई पट्टी के बनाने का काम 2020 शुरू हुआ हा जिहड़ा पिछले बरे पूरा हो गया। यह भारतीय हवाई फौज आसिया केंद्रीय सिड़क परिवहन ते जरनैली सिड़कां संबंधी केंद्रीय मंत्रालय कने रलिए शुरू किए गए दे उस कार्यक्रम का हिस्सा है जिदे तहत देश के बख-बख हिस्से च हवाई फौज के जहाजों के आपात स्थिति च उतरने ते डुआरी भरने लई सुविधा तैयार कीतियां जा रहियां ने। सेहत ते मेडिकल शिक्षा महकमे ने सबने सरकारी मेडिकल कॉलेजें ते और ने संबंधित अस्पतालें की आख्या च दाखल मरीजें दे बारे च अंतर विभागीय सलाह मशवरे आस्ते नियंत्रण कक्ष स्थापित किए जान। अस्पताल अधिकारियों की आख्या गया है ज मरीजें ते उनके तिमारदारें की इन्हें नियंत्रण कक्ष तोड़ी सीधी ते आसान पुज यकीनी बनाई जानी चाहिए। अस्पतालें दे अंदर यह नियंत्रण कक्ष स्थापित किए जाने का मकसद अस्पतालें च दाखल मरीजें की तौले ते म्यारी सेहत सुविधा उपलब्ध करवाना है। दूरदर्शन केंद्र जम्मू आसिया स्टिंगर्स का पैनल बनाने लई दरखास्तां मंगियां गईयां ने। इहदे च जम्मू जिले लई 5 ते कठुआ, सांबा, उधमपुर, रियासी, रजौरी, पुंछ, रामबन, डोडा, किश्तवाड़ जिले लई 2-2 असामियां वास्ते दरखास्तां मंगियां गईयां ने। इहदे लई नियम शर्तां ते होर दूई तफसील वैबसाइट www.dtindia.gov.in जां फिर DD न्यूज़ जम्मू ट्विटर हैंडल थमां हासिल कीतियां जाई सकदियां ने। योग्य ते तजुर्बेकार उम्मीदवारें इन्हें असामियों लई दरखास्तां समाचार प्रमुख दूरदर्शन केंद्र जम्मू टाली मोड़ दे लागे जानीपुर जम्मू च एक सीलबंद लफाफे जमा करवाई जाई सकदियां ने। इस दरखास्त कन्ने 1,000 रुपए का डिमांड ड्राफ्ट जिहड़ा दूरदर्शन केंद्र जम्मू के ड्राइंग ते डिस्पर्सिंग अधिकारी के नां होग भी जमा करवाना लाजमी होग। यह दरखास्तां जमा करवाने की खीरी तरीक 6 अप्रैल 2024 है। खबरें दे इस बुलेटिन च बस इन्ना गे, दिओ इजाजत, नमस्कार।